ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਪਰਮਜੀਤ ਸਿੰਘ, ਟੂਰਿਸਟਲ ਇੰਡੀਆ ਲੁਧਿਆਣਾ ਆਫਿਸ ਤੋਂ। ਅੱਜ ਮੇਰੇ ਕੋਲ ਇੱਕ ਸਕਸੈਸ ਸਟੋਰੀ ਹੈਗੀ ਹੈ ਸਰੋਜ ਸ਼ਰਮਾ ਦੀ, ਇਹ ਉਹਨਾਂ ਦੇ ਹਸਬੈਂਡ ਨੇ। ਸਰ ਮੁਬਾਰਕਾਂ ਪਹਿਲਾਂ ਤਾਂ ਤੁਹਾਨੂੰ, ਤੁਹਾਡਾ ਕੈਨੇਡਾ ਦਾ 10 ਈਅਰ ਮਲਟੀਪਲ ਐਂਟਰੀ ਵੀਜ਼ਾ ਲੱਗਿਆ। ਦੋਸਤੋ, ਇਹਨਾਂ ਦੇ ਵਾਈਫ ਦੀ ਅਤੇ ਇਹਨਾਂ ਦੀ ਇੱਕ ਵਾਰ ਰਿਜੈਕਸ਼ਨ ਸੀਗੀ, ਚੰਗੀ ਪੋਸਟ 'ਤੇ ਸੀਗੇ DMC ਹੋਸਪਿਟਲ ਦੇ ਵਿੱਚ, ਉਹਦੇ ਬਾਵਜੂਦ ਵੀ ਇਹਨਾਂ ਦੀ ਇੱਕ ਰਿਜੈਕਸ਼ਨ ਸੀਗੀ, ਇਹਨਾਂ ਦਾ ਵੀਜ਼ਾ ਨਹੀਂ ਆਇਆ ਸੀਗਾ। ਉਸ ਤੋਂ ਬਾਅਦ ਇਹ ਸਾਡੇ ਕੋਲ ਆਏ, ਸਾਨੂੰ ਮਿਲੇ, ਇਹਨਾਂ ਨੇ ਆਪਣੀ ਪ੍ਰੋਫਾਈਲ ਦੱਸੀ ਵੀ ਇਹ, ਅਸੀਂ ਇਵੇਂ ਫਾਈਲ ਦੇ ਵਿੱਚ ਇਹ ਕੁਛ ਲਗਾਇਆ ਸੀਗਾ, ਜਿਸ ਤੋਂ ਬਾਅਦ ਇਹਨਾਂ ਦੀ ਰਿਜੈਕਸ਼ਨ ਆਈ। ਅਸੀਂ ਇਹਨਾਂ ਦਾ ਕੇਸ ਸਟੱਡੀ ਕੀਤਾ, ਸਾਰਾ ਚੰਗੀ ਤਰ੍ਹਾਂ ਵਿਚਾਰਿਆ। ਉਸ ਤੋਂ ਬਾਅਦ ਇਹਨਾਂ ਦੀ ਅਸੀਂ ਫਾਈਲ ਲਗਾਈ। ਫਾਈਲ ਲਗਾਉਣ ਤੋਂ ਬਾਅਦ ਇਹਨਾਂ ਦਾ 15 ਦਿਨਾਂ ਬਾਅਦ ਇਹਨਾਂ ਦਾ ਰਿਜ਼ਲਟ ਆ ਗਿਆ, ਜੋ ਕਿ ਪੋਜ਼ਿਟਿਵਲੀ ਵੀਜ਼ਾ ਸਕਸੈਸਫੁਲ ਅਪਰੂਵਡ ਹੋ ਗਿਆ। ਹੁਣ ਇਹ ਖੁਦ ਹੀ ਦੱਸਣਗੇ ਇਹਨਾਂ ਦਾ ਕਿਵੇਂ ਦਾ ਐਕਸਪੀਰੀਅੰਸ ਰਿਹਾ ਸਾਡੇ ਨਾਲ, ਕਿਵੇਂ ਇਹਨਾਂ ਨੇ ਫਾਈਲ ਸਾਡੇ ਤੋਂ ਕਰਵਾਈ, ਕਿੰਨਾ ਟਾਈਮ ਲੱਗਿਆ, ਕਿਵੇਂ ਦਾ ਐਕਸਪੀਰੀਅੰਸ ਰਿਹਾ, ਸਰ ਦੱਸੋ। ਬਹੁਤ ਵਧੀਆ ਐਕਸਪੀਰੀਅੰਸ ਰਿਹਾ ਜੀ। ਜਦੋਂ ਮੈਂ ਆਇਆ ਤਾਂ ਮੈਨੂੰ ਪਤਾ ਹੀ ਨਹੀਂ ਸੀ ਕਿ ਮੇਰੇ ਏਜੰਟ ਨੇ ਕੀ ਕੀ ਸਾਡੇ ਕੋਲ ਪੇਪਰ ਇਕੱਠੇ ਕਰਵਾਏ, ਬਹੁਤ ਜ਼ਿਆਦਾ ਪੇਪਰ ਇਕੱਠੇ ਕਰਵਾ ਲਏ ਸੀ। ਅਤੇ ਇਹਨਾਂ ਕੋਲ ਆਇਆ, ਇਹਨਾਂ ਨੇ ਕੋਈ ਖਾਸ ਪੇਪਰ ਨਹੀਂ ਦੱਸੇ ਸਾਨੂੰ, ਸਿਰਫ 2-4 ਪੇਪਰ ਲਿਆਉਣ ਨੂੰ ਕਿਹਾ, ਅਸੀਂ ਉਹਨਾਂ ਨੂੰ ਪੇਪਰ ਦੇ ਦਿੱਤੇ। ਅਤੇ ਉਸ ਤੋਂ ਬਾਅਦ ਅੱਜ ਮੈਂ ਆਇਆ ਵੀਜ਼ਾ ਲੈਣ, ਅਤੇ ਇਹ ਸਾਡਾ ਮੇਰੀ ਵਾਈਫ ਦਾ ਵੀਜ਼ਾ ਜਿਹੜਾ ਹੈ ਕੈਨੇਡਾ ਦਾ ਲੱਗ ਗਿਆ। ਦੋਸਤੋ, ਪ੍ਰੋਫਾਈਲ ਦੇ ਵਿੱਚ ਕੀ ਹੁੰਦਾ, ਆਪਾਂ ਨੂੰ ਮੇਨ ਇੰਪੋਰਟੈਂਟ ਪੇਪਰ ਦੀ ਹੀ ਜ਼ਿਆਦਾ ਲੋੜ ਹੁੰਦੀ ਹੈ। ਕਈ ਵਾਰੀ ਆਪਾਂ ਦੇਖਦੇ ਹਾਂ ਕਿ ਅਨਨੈਸੈਸਰੀ ਡਾਕੂਮੈਂਟੇਸ਼ਨ ਬਹੁਤ ਜ਼ਿਆਦਾ ਹੋ ਜਾਂਦੀ ਹੈ ਫਾਈਲ ਦੇ ਵਿੱਚ, ਜਿਹਦੇ ਕਾਰਨ ਜੋ ਇੰਪੋਰਟੈਂਟ ਪੇਪਰਸ ਹੁੰਦੇ ਨੇ ਉਹ ਆਪਣੀ ਫਾਈਲ ਦੀ ਬੈਕ ਫੁੱਟ 'ਤੇ ਹੀ ਛਿਪੇ ਰਹਿ ਜਾਂਦੇ ਨੇ, ਉਹ ਵਿਜ਼ੀਬਲ ਦਿਖਾਈ ਨਹੀਂ ਦਿੰਦੇ ਕਈ ਵਾਰੀ, ਜਾਂ ਕਹਿ ਲਓ ਕਿ ਸਮਝ 'ਚ ਨਹੀਂ ਆਉਂਦੇ, ਜਾਂ ਕਲੀਅਰ ਨਹੀਂ ਹੁੰਦੇ ਹੈਗੇ। ਆਪਾਂ ਨੂੰ ਮੇਨ ਇੰਪੋਰਟੈਂਟ ਪੇਪਰ ਹੀ ਜ਼ਿਆਦਾ ਲਗਾਉਣੇ ਚਾਹੀਦੇ ਨੇ, ਜੋ ਅਨਨੈਸੈਸਰੀ ਡਾਕੂਮੈਂਟੇਸ਼ਨ ਹੈ ਉਹਨੂੰ ਨਾ ਲਗਾਈਏ, ਤਾਂ ਕਿ ਪਰ ਜੋ ਆਪਣੀ ਫਾਈਲ ਹੈ ਉਹ ਨੋਰਮਲੀ ਤਰੀਕੇ ਨਾਲ ਪ੍ਰੋਸੈਸ ਹੋ ਸਕੇ। ਅਤੇ ਦੋਸਤੋ, ਅੱਜ ਸਾਨੂੰ ਤੁਹਾਨੂੰ ਕਿਸੇ ਨੂੰ ਵੀ ਕਿਸੇ ਫਾਈਲ ਦੇ ਰਿਗਾਰਡਿੰਗ ਕਿਸੇ ਵੀ ਕੰਟਰੀ ਦੇ ਟੂਰਿਸਟ ਵੀਜ਼ਾ ਜਾਂ ਸਟੱਡੀ ਕੇਸ ਦੇ ਬਾਰੇ ਕੋਈ ਇਨਫੋਰਮੇਸ਼ਨ ਲੈਣੀ ਹੋਵੇ, ਤੁਸੀਂ ਸਾਡੇ ਸਕਰੀਨ ਦੇ ਚੱਲਦੇ ਨੰਬਰਾਂ 'ਤੇ ਇਨਫੋਰਮੇਸ਼ਨ ਲੈ ਸਕਦੇ ਹੋ। ਸਾਡੇ 7 ਜਗ੍ਹਾ 'ਤੇ ਆਫਿਸ ਨੇ, ਮੋਹਾਲੀ, ਜਲੰਧਰ, ਲੁਧਿਆਣਾ, ਬਰਨਾਲਾ, ਮੁਕਤਸਰ, ਮੋਗਾ, ਅੰਮ੍ਰਿਤਸਰ। ਤੁਸੀਂ ਸਾਨੂੰ ਐਨੀ ਟਾਈਮ ਕਿਸੇ ਵੀ ਦਿਨ ਕਿਸੇ ਵੀ ਆਫਿਸ ਆ ਕੇ ਵਿਜ਼ਿਟ ਕਰ ਸਕਦੇ ਹੋ, ਜਾਂ ਸਾਡੇ ਹੈਲਪਲਾਈਨ ਨੰਬਰ 'ਤੇ ਕਾਲ ਕਰਕੇ ਸਾਨੂੰ ਮਿਲਣ ਲਈ ਅਪੁਆਇੰਟਮੈਂਟ ਲੈ ਸਕਦੇ ਹੋ। ਤੁਸੀਂ ਕਿਸੇ ਵੀ ਤਰ੍ਹਾਂ ਦੀ ਆਪਣਾ ਕੋਈ ਵੀ ਐਨੀ ਕਿਸੇ ਵੀ ਕਿਸਮ ਦਾ ਕੋਈ ਵੀ ਕੇਸ ਹੋਵੇ, ਡਿਸਕਸ ਕਰ ਸਕਦੇ ਹੋ। ਧੰਨਵਾਦ।